ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਰਾਸ਼ਟਰੀ ਸਟਾਫ ਡਾਇਰੀਆ ਮੁਹਿੰਮ 2024 ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਤੇ ਪ੍ਰਤਾਪ ਰਾਓ ਯਾਦਵ ਦੀ ਮੌਜੂਦਗੀ ਵਿੱਚ ਬੱਚਿਆਂ ਨੂੰ ORS ਅਤੇ ਜ਼ਿੰਕ ਦੀਆਂ ਗੋਲੀਆਂ ਵੰਡ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਦੋ ਮਹੀਨੇ ਚੱਲਣ ਵਾਲੀ ਇਸ ਮੁਹਿੰਮ ਇੱਕ ਜੁਲਾਈ 31 ਅਗਸਤ ਤੱਕ ਚੱਲੇਗੀ। ਸਟਾਫ ਡਾਇਰੀਆ ਮੁਹਿੰਮ ਵਿਚੇ ਟੀਚਾ ਬਚਪਨ ਚ ਦਸਤਕਾਰਨ ਬੱਚਿਆਂ ਦੀ ਮੌਤ ਨੂੰ ਜ਼ੀਰੋ ਕਰਨਾ ਹੈ। ਚਾਤਕੀ ਮੌਜੂਦਾ ਡਾਇਰੀਆ ਰਣਨੀਤੀ ਇਸ ਦੋ ਹਫ਼ਤਿਆਂ ਦੀ ਮੁਹਿੰਮ ਸ਼ਾਮਲ ਹੈ ਨਵੀਂ ਰਣਨੀਤੀ ਚ ਦੋ ਮਹੀਨੇ ਦੀ ਲੰਬੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਦੋ O R S ਪੈਕਟਾਂ ਤੇ ਜ਼ਿੰਕ ਨੂੰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਹਿ ਪੈਕੇਜਿੰਗ ਵੱਲੋਂ ਪਹਿਲਾਂ ਤੋਂ ਹੀ ਰੱਖਿਆ ਗਿਆ ਹੈ ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਕੀਤੀਆਂ ਗਈਆਂ ਬਕ ਬਕ ਪਹਿਲ ਕਦਮੀਆਂ ਨੇ ਡਾਇਰੀਆ ਕਾਰਨ ਬੱਚਾਂ ਦੀ ਮੌਤ ਦਰ ਨੂੰ ਘਟਾਉਣ 'ਚ ਮਦਦ ਕੀਤੀ ਹੈ ਉਨ੍ਹਾਂ ਕਿਹਾ ਕਿ 2014 'ਚ ਭਾਰਤ ਰੋਟਾ ਵਾਇਰਸ ਵੈਕਸੀਨ ਪੇਸ਼ ਕਰਨ ਵਾਲਾ ਪਹਿਲਾ ਸ਼ਸ਼ੀ ਸਿਹਤ ਮੰਤਰੀ ਨੇ ਪਾਰਚ ਦਸ ਪ੍ਰਬੰਧਨ ਯਤਨਾ ਨੂੰ ਮਜ਼ਬੂਤ ਕਰਲਿੰ ਸਮਰਾਥਾ ਨਿਰਮਾਣ ਵਧਾਉਣ ਦੇ ਨਾਲ ਨਾਲ ਸਿਹਤ ਕਰਮੀਆਂ ਨੂੰ ਸੰਵੇਦਨਸ਼ੀਲ ਬਣਾਉਣ ਤੇ ਜ਼ੋਰ ਦਿੱਤਾ